ਮੁਕਾਬਲਾ ਜਿਹੜਾ ਹੈ ਕਾਫੀ ਦਿਲਚਸਪ ਹੈ, ਕਿਉਂਕਿ ਜੇ ਟੀਮ ਇੰਡੀਆ ਜਿੱਤਦੀ ਹੈ ਤਾਂ ਪਾਕਿਸਤਾਨ ਦੇ ਚਾਂਸਿਸ ਜ਼ਿਆਦਾ ਵੱਧ ਸਕਦੇ ਨੇ, ਕਿਉਂਕਿ ਆਪਣੇ ਜਿਹੜੇ ਲੀਗ ਮੈਚ ਨੇ ਉਹ ਜਿੱਤ ਚੁੱਕੇ ਨੇ ਸ਼੍ਰੀਲੰਕਾ, ਅਤੇ ਦੂਜੇ ਪਾਸੇ ਅਫਗਾਨਿਸਤਾਨ ਤੋਂ ਜਿੱਤ ਕੇ ਉਹਨਾਂ ਨੇ ਸਟੈਪ ਫੋਰਵਰਡ ਕੀਤਾ ਹੈ। ਹੁਣ ਦੂਜੇ ਪਾਸੇ ਜੇ ਟੀਮ ਇੰਡੀਆ ਅੱਜ ਦਾ ਮੁਕਾਬਲਾ ਇਹ ਹਾਰਦੀ ਹੈ, ਹਾਲਾਂਕਿ ਅਸੀਂ ਨਹੀਂ ਚਾਹਵਾਂਗੇ ਕਿ ਟੀਮ ਇੰਡੀਆ ਹਾਰੇ, ਜੇ ਹਾਰਦੀ ਹੈ ਤਾਂ ਪਾਕਿਸਤਾਨ ਬਾਹਰ ਹੋ ਜਾਂਦਾ, ਪਰ ਜੇ ਇੰਗਲੈਂਡ ਨੂੰ ਹਰਾਉਂਦਾ ਇੰਡੀਆ ਤਾਂ ਫਿਰ ਪਾਕਿਸਤਾਨ ਇਨ ਹੋਵੇਗਾ। ਜੇ ਅੱਜ ਮੈਚ 'ਚ ਮੀਂਹ ਖਲਲ ਪਾਉਂਦਾ ਹੈ ਅਤੇ ਮੈਚ ਨਹੀਂ ਹੁੰਦਾ ਤਾਂ ਇੱਕ ਹੋਰ ਦਿਲਚਸਪ ਜਿਹੜਾ ਮਾਮਲਾ ਤੁਹਾਨੂੰ ਦੱਸਦੇ ਹਾਂ, ਇੰਗਲੈਂਡ ਅਤੇ ਪਾਕਿਸਤਾਨ ਇਹ ਦੋਵੇਂ ਟੀਮਾਂ ਲਗਭਗ ਬਾਹਰ ਹੋ ਜਾਣਗੀਆਂ। ਇੰਗਲੈਂਡ ਅਤੇ ਬਰਗਿੰਗਮ 'ਚ ਇਹ ਮੁਕਾਬਲਾ ਖੇਡਿਆ ਜਾਣਾ। ਅੱਜ ਨਵੀਂ ਜਰਸੀ ਵੀ ਕਾਫੀ ਰੋਚਕ ਹੋਵੇਗੀ ਵੇਖਣੀ, ਮੈਨ ਇਨ ਬਲੂ ਇਨ ਮੈਨ ਇਨ ਔਰੇਂਜ। ਵਿਰਾਟ ਕੋਹਲੀ ਆਪਣੀ ਟੀ ਸ਼ਰਟ ਵਿਖਾਉਂਦੇ ਹੋਏ ਮੀਡੀਆ ਨੂੰ, 18 ਨੰਬਰ ਦੀ ਜਰਸੀ ਨਾਲ ਉਹ ਖੇਡਦੇ ਨੇ ਵਨ ਡਾਊਨ। ਵਿਰਾਟ ਕੋਹਲੀ ਭਾਰਤੀ ਟੀਮ ਦੇ ਕੈਪਟਨ, ਸਾਡੇ ਖੇਡ ਐਕਸਪਰਟ ਸੁਸ਼ੀਲ ਕਪੂਰ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ। ਕਪੂਰ ਸਾਹਿਬ ਵੈਲਕਮ ਤੁਹਾਡਾ ਲਿਵਿੰਗ ਇੰਡੀਆ ਨਿਊਜ਼ 'ਤੇ। ਕਪੂਰ ਸਾਹਿਬ, ਅੱਜ ਇੱਕ ਵੱਡਾ ਮੁਕਾਬਲਾ ਹੈਗਾ ਭਾਰਤ ਵਰਸਿਸ ਇੰਗਲੈਂਡ 'ਚ, ਕਿੱਦਾਂ ਦਾ ਤੁਸੀਂ ਨਤੀਜੇ ਦਾ ਇੰਤਜ਼ਾਰ ਕਰਦੇ ਹੋ ਟੀਮ ਇੰਡੀਆ ਲਈ? ਸਰ ਦੇਖੋ ਜੀ, ਟੀਮ ਇੰਡੀਆ ਇਸ ਵੇਲੇ ਪੂਰੇ ਜੋਸ਼ੋ ਖਰੋਸ਼ ਦੇ ਨਾਲ ਵਰਲਡ ਕੱਪ 'ਚ ਖੇਲ ਰਹੀ ਹੈ, ਔਰ ਹਾਲੀ ਤੱਕ ਉਹਨੇ ਜਿੰਨੇ ਵੀ ਮੁਕਾਬਲੇ ਜਿੱਤੇ ਨੇ ਇੱਕ ਤਰਫਾ ਮੁਕਾਬਲੇ ਜਿੱਤ ਲਏ ਨੇ, ਔਰ ਮੈਨੂੰ ਪੂਰੀ ਉਮੀਦ ਹੈ ਕਿ ਜਿਸ ਤਰ੍ਹਾਂ ਦਾ ਫੋਰਮ ਸਾਡਾ ਚੱਲ ਰਿਹਾ ਹੈ, ਔਰ ਪਿਛਲੇ ਮੈਚ 'ਚ ਤੁਸੀਂ ਜਿਹਾ ਦੇਖਿਆ ਹੋਏਗਾ ਕਿ ਮਹਿੰਦਰ ਸਿੰਘ ਧੋਨੀ ਜਿਹੜੇ ਉਸ ਪਹਿਲੇ ਮੈਚ 'ਚ ਠੀਕ ਨਹੀਂ ਸੀ ਖੇਲ ਪਾਏ, ਲੇਕਿਨ ਉਹਨਾਂ ਨੇ ਵੀ ਆਪਣਾ ਉਹ ਸਟ੍ਰਾਈਕ ਰੇਟ ਵਧਾ ਕੇ ਇਹ ਦੱਸ ਦਿੱਤਾ ਕਿ ਇੰਡੀਆ ਕੋਲ ਫਿਨਿਸ਼ਿੰਗ ਲਾਈਨ ਪੂਰੀ ਤਰ੍ਹਾਂ ਤਿਆਰ ਹੈ, ਔਰ ਸਾਡਾ ਜਿਹੜਾ ਪੇਸ ਅਟੈਕ ਹੈ ਉਹ ਬਹੁਤ ਹੀ ਸੁਲਝਿਆ ਹੋਇਆ ਇਸ ਵੇਲੇ, ਔਰ ਪੂਰੇ ਵਰਲਡ ਦੇ ਵਿੱਚ ਇਸ ਵੇਲੇ ਨੰਬਰ 1 ਦੇ ਉੱਪਰ ਹੈਗਾ, ਔਰ ਸਪਿਨ ਅਟੈਕ ਵੀ ਸਾਡਾ ਬਹੁਤ ਬਿਹਤਰ ਹੈ। ਤਾਂ ਮੇਰੀ ਉਮੀਦ ਹੈ ਕਿ ਔਰ ਹਿੰਦੁਸਤਾਨ ਜਿਹੜਾ ਹੈ ਬਰਤਾਨੀਆ ਦੇ ਉੱਪਰ ਹਾਵੀ ਹੋਵੇਗਾ। ਸੁਸ਼ੀਲ ਸਾਹਿਬ, ਅੱਜ ਲਗਾਨ ਤਾਂ ਵਸੂਲਿਆ ਜਾਵੇਗਾ, ਪਰ ਇੱਥੇ ਮੈਂ ਬੋਲਿੰਗ ਦੀ ਗੱਲ ਨਹੀਂ ਕਰਾਂਗਾ, ਕਿਉਂਕਿ ਬੋਲਿੰਗ ਦੀ ਕਿਸੇ ਪਾਸੇ ਆਲੋਚਨਾ ਜਾਂ ਫਿਰ ਸਵਾਲਿਆ ਨਿਸ਼ਾਨ ਨਹੀਂ ਖੜੇ ਕੀਤੇ ਜਾ ਸਕਦੇ, ਭਾਵੇਂ ਸਪਿਨ ਹੋਵੇ ਭਾਵੇਂ ਸਾਡੇ ਪੇਸਰਸ ਹੋਣ, ਤਕੜਾ ਅਟੈਕ ਹੈਗਾ ਸਾਡਾ। ਪਰ ਇੱਥੇ ਮੈਂ ਬੈਟਿੰਗ ਲਾਈਨਅਪ ਦੀ ਗੱਲ ਕਰਾਂਗਾ, ਖਾਸ ਤੌਰ 'ਤੇ ਓਪਨਿੰਗ ਦੀ ਗੱਲ ਕਰਾਂਗਾ। ਤੁਹਾਨੂੰ ਨਹੀਂ ਲੱਗਦਾ ਸਰ ਕਿ ਜਿਹੜਾ ਹਿੱਟਮੈਨ ਹੈ, ਦੋ ਮੈਚ ਤੋਂ ਉਹਦਾ ਬੱਲਾ ਖਾਮੋਸ਼ ਹੈ, ਇੱਕ ਚਿੰਤਾ ਦਾ ਵਿਸ਼ਾ ਹੈ, ਦੂਜੇ ਪਾਸੇ KL ਰਾਹੁਲ ਦੀ ਗੱਲ ਕੀਤੀ ਜਾਵੇ, ਕਾਫੀ ਸਲੋ ਸਟਾਰਟ ਦੇ ਰਹੇ ਨੇ? ਦੇਖੋ ਜੀ, ਸਾਡੇ ਵਿੱਚ ਇੱਕ ਸੋਚਣ ਦੀ ਵਿਚਾਰਧਾਰਾ ਹੋਣੀ ਚਾਹੀਦੀ ਹੈ ਕਿ ਜਿਹੜੀ ਇਹ 300 ਬਾਲਾਂ ਦੀ ਗੇਮ ਹੈ, 50 ਓਵਰ ਮਤਲਬ 300 ਬਾਲ, ਅਗਰ ਤੁਸੀਂ ਕੁਛ ਨਾ ਵੀ ਕਰੋ, ਇੱਕ ਵੀ ਚੌਕਾ ਨਾ ਮਾਰੋ, ਤਾਂ ਰਾਨੇ ਬਾਲ ਕਰੋ ਤੇ ਤੁਹਾਡਾ ਸਕੋਰ 300 ਹੋ ਜਾਂਦਾ, ਪਲੱਸ ਉਹਦੇ ਵਿੱਚ ਤੁਹਾਨੂੰ ਵਾਈਡ ਔਰ ਨੋ ਬਾਲ ਵਗੈਰਾ ਮਿਲਣ ਤੋਂ ਬਾਅਦ ਐਕਸਟਰਾ ਵੀ 10-15 ਹੋ ਜਾਂਦੇ ਨੇ, ਜਿਹੜੇ ਤੁਹਾਨੂੰ ਐਕਸਟਰਾ ਬਾਲ ਮਿਲ ਜਾਂਦੇ ਨੇ, ਮੰਨ ਲਓ 315 ਦੇ ਕਰੀਬ ਉਹ ਹੋ ਜਾਂਦਾ। ਤੇ ਜੇ ਸਾਡੇ ਬੰਦੇ ਚੰਗੀ ਤਰ੍ਹਾਂ ਖੇਲ ਲੈਣ ਤੇ ਸਿਰਫ 8-10 ਚੌਕੇ ਹੀ ਮਾਰਦੇ ਨੇ, ਇੱਕ ਦੋ ਚੱਕੇ ਮਾਰਦੇ ਨੇ, ਤਾਂ ਤੁਹਾਡਾ ਸਕੋਰ
ਸੁਸ਼ੀਲ ਸਾਹਿਬ, ਮੈਂ ਹਿਟਮੈਨ ਦੀ ਤਾਂ ਚਲੋ ਇੱਥੇ ਗੱਲ ਨਹੀਂ ਕਰਾਂਗਾ ਕਿਉਂਕਿ ਸਕੇਲ 'ਚ ਇਹ ਬੰਦਾ ਮਾਸਟਰ ਹੈ, ਪਰ ਰਾਹੁਲ ਗਾਂਧੀ ਦਾ ਮਾਫ਼ ਕਰਨਾ, ਜਿਹੜਾ ਰਾਹੁਲ ਹੈ, KL ਰਾਹੁਲ ਹੈ, ਉਸਦਾ ਜਿਹੜਾ ਬੈਟ ਹੈ ਉਹ ਕਾਫ਼ੀ ਆੜਾ ਹੋ ਕੇ ਆਉਂਦਾ, ਕੋਈ ਵੀ ਸ਼ਾਟ ਖੇਲਦਾ ਉਹ ਕਾਫ਼ੀ ਤਿਰਛਾ ਚਲਾਉਂਦਾ, ਬੈਟ ਜਿਹੜਾ ਸਵਿੰਗ ਹੈ ਉਹਦਾ ਉਹ ਚੰਗੀ ਤਰ੍ਹਾਂ ਨਹੀਂ ਆ ਰਿਹਾ ਉਸ ਲਿਹਾਜ਼ ਨਾਲ ਜਿੱਦਾਂ ਆਉਣਾ ਚਾਹੀਦਾ। ਤੁਹਾਨੂੰ ਲੱਗਦਾ ਰਾਹੁਲ ਲਈ ਇੱਕ ਚਿੰਤਾ ਦਾ ਵਿਸ਼ਾ ਹੈ ਸਰ? ਨਹੀਂ ਜੀ, ਇਸ ਤਰ੍ਹਾਂ ਹੈ ਕਿ ਜਿਹੜਾ ਅਸੀਂ ਬੈਟ ਸਵਿੰਗ ਦੀ ਗੱਲ ਕਰਦੇ ਹਾਂ ਜਾਂ ਬੈਟ ਕਿਹੜਾ ਆਉਂਦਾ ਹੈ, ਤੁਸੀਂ ਕਦੀ ਵਰਿੰਦਰ ਸਹਿਵਾਗ ਦਾ ਬੈਟ ਦੇਖਿਆ ਕਿਸ ਤਰ੍ਹਾਂ ਆਉਂਦਾ ਸੀ ਔਰ ਕਿੱਥੋਂ ਆਉਂਦਾ ਸੀਗਾ, ਔਰ ਉਹਨੇ ਟੈਸਟ ਮੈਚ ਦੇ ਵਿੱਚ ਵੀ 300-300 ਰਨਾਂ ਕੀਤੀਆਂ ਔਰ 294 ਦੇ ਉੱਪਰ ਛਿੱਕਾ ਮਾਰ ਕੇ 300 ਸਕੋਰ ਕੀਤਾ। ਇਸ ਵੇਲੇ ਇਹ ਸੋਚਣਾ ਕਿ ਜੀ ਉਹਦਾ ਬੈਟ ਕਿੱਧਰੋਂ ਆ ਰਿਹਾ, ਉਹਦਾ ਪੂਰਾ ਟਰੈਕ ਰਿਕਾਰਡ ਦੇਖੋ, ਤੇ ਮੇਰਾ ਮਤਲਬ ਹੈ ਕਿ KL ਰਾਹੁਲ ਬੜਾ ਸੁਲਝਿਆ ਪਲੇਅਰ ਹੈ ਔਰ ਸਾਨੂੰ ਕਿਸੇ ਦੇ ਉੱਪਰ ਇਸ ਕਿਸਮ ਦੀ ਸ਼ੰਕਾ ਨਹੀਂ ਕਰਨੀ ਚਾਹੀਦੀ, ਔਰ ਅਗਰ ਹਰ ਇੱਕ ਬੈਟਸਮੈਨ ਹੀ ਸਕਸੀਡ ਕਰਦਾ ਰਿਹਾ ਤੇ ਫਿਰ ਸਕੋਰ ਤੇ ਸਾਡਾ 600 ਹੋ ਜਾਏਗਾ। ਕਿਸੇ ਨਾ ਕਿਸੇ ਦਿਨ ਕਿਸੇ ਨੇ ਫੇਲ ਹੋਣਾ, ਕਿਸੇ ਨੇ ਸਕਸੀਡ ਹੋਣਾ। ਸੁਸ਼ੀਲ ਸਾਹਿਬ, ਇੱਕ ਹੋਰ ਵੱਡਾ ਸਵਾਲ ਹੈ ਮੇਰਾ ਜਾਧਵ ਅਤੇ ਸ਼ੰਕਰ ਨੂੰ ਲੈ ਕੇ। ਜਾਧਵ ਜੀ ਦੀ ਜਿਹੜੀ ਪਰਫੋਰਮੈਂਸ ਹੈ ਉਹ ਐਵਰੇਜ ਰਹੀ ਹੈ, ਪਰ ਸ਼ੰਕਰ ਜਿਹੜਾ ਹੈ ਉਸ ਟੈਲੈਂਟ ਦੇ ਹਿਸਾਬ ਨਾਲ ਨਹੀਂ ਖੇਡਦਾ ਨਜ਼ਰ ਆ ਰਿਹਾ। ਤੁਹਾਨੂੰ ਵਾਕਈ ਲੱਗਦਾ ਕਿ ਇਹ ਟੀਮ 11 'ਚ ਫਿੱਟ ਬੈਠਦਾ ਜਾਂ ਫਿਰ ਬੈਂਚ ਸਟ੍ਰੈਂਥ ਤੋਂ DK ਨੂੰ ਵਿੱਚ ਖਿਡਾਇਆ ਜਾਵੇ ਜਾਂ ਫਿਰ ਕਿਸੇ ਹੋਰ ਦੀ ਚੋਣ ਹੋਵੇ ਤਾਂ ਜ਼ਿਆਦਾ ਵਧੀਆ? ਹਾਂ, ਇਹਦੇ ਵਿੱਚ ਮੈਂ ਤੁਹਾਡੇ ਨਾਲ ਇਤਫਾਕ ਕਰ ਸਕਦਾ ਕਿ ਇਹਦੇ ਵਿੱਚ ਫੇਰ ਬਦਲ ਕੀਤਾ ਜਾ ਸਕਦਾ ਹੈ, ਕਿਉਂਕਿ DK ਨੇ ਵੀ ਬਹੁਤ ਸਾਰੇ ਮੈਚ ਸਾਨੂੰ ਜਿਤਾਏ ਨੇ ਔਰ ਬੜੇ ਕ੍ਰੂਸ਼ਲ ਪੋਜੀਸ਼ਨ 'ਚ ਜਾ ਕੇ ਜਦੋਂ ਮੈਚ ਫਸਿਆ ਹੁੰਦਾ। ਇਨਫੈਕਟ ਹੀ ਇਜ਼ ਅ ਗੁੱਡ ਫਿਨਿਸ਼ਰ ਸਰ, ਅੱਛਾ ਫਿਨਿਸ਼ਰ ਹੈਗਾ ਔਰ ਇਹ ਇੱਕ ਐਡਵਾਂਟੇਜ ਸਾਨੂੰ ਮਿਲ ਸਕਦਾ। ਬਾਕੀ ਇਹ ਤੁਹਾਨੂੰ ਪਤਾ ਹੈ ਕਿ ਟੀਮ ਦਾ ਕਈ ਵਾਰੀ ਇਹ ਹੁੰਦਾ ਹੈ ਕਿ ਜਿਹੜਾ ਵਿਨਿੰਗ ਕੰਬੀਨੇਸ਼ਨ ਹੈ ਉਹਨੂੰ ਕੋਸ਼ਿਸ਼ ਕਰਦੇ ਨੇ ਕਿ ਨਾ ਹੀ ਖੇਡਿਆ ਜਾਵੇ। ਸੁਸ਼ੀਲ ਸਾਹਿਬ, ਦੂਜੇ ਪਾਸੇ ਜੇ ਮੈਂ ਇੰਗਲੈਂਡ ਦੀ ਟੀਮ ਦੀ ਗੱਲ ਕਰਾਂ, ਵੀਕ ਪੁਆਇੰਟ ਤੁਹਾਨੂੰ ਕਿਆ ਲੱਗਦਾ ਹੈ? ਕਿਉਂਕਿ ਜ਼ਿਆਦਾਤਰ ਜਿੰਨੇ ਵੀ ਲੋਕ ਸੀ ਜਾਂ ਫਿਰ ਕ੍ਰਿਟਿਕ ਸੀ ਜਾਂ ਫਿਰ ਸਾਬਕਾ ਖਿਡਾਰੀਆਂ ਦੀ ਗੱਲ ਕਰੀਏ, ਸਾਰਿਆਂ ਨੇ ਗੱਲ ਕਹੀ ਸੀ ਕਿ ਇੰਗਲੈਂਡ ਸਾਡੀ ਮੋਸਟ ਫੇਵਰੇਟ ਟੀਮ ਹੈ, ਇਹ ਟੀਮ 'ਚ ਮਾਦਾ ਹੈ, ਹਰ ਕਿਸੇ ਐਂਗਲ ਤੋਂ ਇਹ ਟੀਮ ਪਰਫੈਕਟ ਹੈ, ਪਰ ਕੀ ਕਹੀਏ ਇਹ ਟੀਮ ਨੂੰ ਕਿਆ ਨਜ਼ਰ ਲੱਗ ਗਈ? 2 ਮੈਚ ਬੈਕ ਟੂ ਬੈਕ ਹਾਰ ਚੁੱਕੇ ਹਨ। ਗੱਲ ਇਸ ਤਰ੍ਹਾਂ ਜੀ ਕਿ ਜਿਸ ਮਾਹੌਲ ਦੇ ਵਿੱਚ ਇੰਗਲੈਂਡ ਦੀ ਟੀਮ ਨੇ 400 ਰਨਾਂ ਬਣਾਈਆਂ ਜਾਂ 425 ਰਨ ਬਣਾਏ ਨੇ, ਉੱਥੇ ਵਿਕਟ ਜ਼ਿਆਦਾ ਫਲੈਟ ਸੀਗੀਆਂ, ਜਿੱਥੇ ਵੀ ਵਿਕਟ ਥੋੜ੍ਹੀ ਜਿਹੀ ਸਲੋ ਹੋ ਗਈ ਜਾਂ ਉੱਥੇ ਸਪਿਨ ਵਗੈਰਾ ਮਿਲਣ ਦਾ ਇਨਵਾਲਵ ਹੋਇਆ, ਉੱਥੇ ਉਹਨਾਂ ਦੇ ਬੈਟਸਮੈਨ ਜਿਹੜੇ ਨੇ ਆਪਣੀ ਸਟ੍ਰੋਕ ਪਲੇਅ ਨੂੰ ਨਹੀਂ ਕਰ ਸਕੇ। ਲੇਕਿਨ ਇੰਗਲੈਂਡ ਡੇਂਜਰਸ ਟੀਮ ਹੈਗੀ ਹੈ, ਅਸੀਂ ਉਹਨੂੰ ਹਲਕੇ 'ਚ ਨਹੀਂ ਲੈ ਸਕਦੇ, ਲੇਕਿਨ ਹਿੰਦੁਸਤਾਨ ਦੀ ਟੀਮ ਇਸ ਵੇਲੇ ਉਸ ਮੁਕਾਮ 'ਤੇ ਵੇ ਕਿ ਜਿੱਥੋਂ ਇਹੋ ਜਿਹੜੇ ਡੇਂਜਰ ਨੇ ਉਹਨਾਂ ਨੂੰ ਅਸੀਂ ਅਲਵਿਦਾ ਕਹਿ ਸਕਦੇ ਹਾਂ, ਔਰ ਕਿਉਂਕਿ ਇਸ ਵੇਲੇ ਸਾਡੇ ਹੌਸਲੇ ਬਹੁਤ ਬੁਲੰਦ ਨੇ ਅਤੇ ਅਸੀਂ ਉਸ ਮੁਕਾਮ 'ਤੇ ਹਾਂ ਕਿ ਅਗਰ ਸਾਡਾ ਕੋਈ ਥੋੜ੍ਹਾ ਬਹੁਤਾ ਨੁਕਸਾਨ ਹੁੰਦਾ ਵੀ ਹੈ ਤਾਂ ਸਾਡੇ ਸੈਮੀਫਾਈਨਲ ਦੇ ਚਾਂਸਿਸ ਦੇ ਵਿੱਚ ਕੋਈ ਵੀ ਮੁਸ਼ਕਿਲ ਨਹੀਂ ਆਏਗੀ। ਸੁਸ਼ੀਲ ਕਪੂਰ ਸਾਹਿਬ, ਜਿਹੜਾ ਇਹ ਕਲਾਈਮੇਟ ਹੈ ਇੰਗਲੈਂਡ ਦਾ, ਇਹ ਸਵਿੰਗ ਬੋਲਰਸ ਲਈ ਕਾਫ਼ੀ ਅੱਛਾ ਹੈ। ਦੂਜੇ ਪਾਸੇ ਤੁਸੀਂ ਪਿਛਲਾ ਮੈਚ ਵੀ ਵੇਖਿਆ ਹੋਣਾ, ਇੰਗਲੈਂਡ ਵਰਸਿਸ ਜਿਹੜਾ ਆਸਟ੍ਰੇਲੀਆ ਦਾ ਹੋਇਆ ਸੀ, ਕਾਫ਼ੀ ਗ੍ਰੀਨ ਪਿਚ ਸੀ, ਐਕਸਟਰਾ ਬਾਊਂਸ ਵੀ ਮਿਲ ਰਿਹਾ ਸੀ, ਜਿਹਦੇ ਕਰਕੇ ਮਿਸ਼ਲ ਸਟਾਰਕ ਨੂੰ ਕਾਫ਼ੀ ਅੱਛਾ ਉਸ ਤੋਂ ਮਦਦ ਵੀ ਮਿਲਿਆ ਅਤੇ ਬੋਲ ਸਵਿੰਗ ਵੀ ਕਾਫ਼ੀ ਅੱਛਾ ਹੋਇਆ। ਅਤੇ ਅੱਜ ਦੀ ਪਿਚ ਦੀ ਕੀ ਉਮੀਦ ਅਸੀਂ ਕਰੀਏ, ਤਾਂ ਇੱਕ ਆਦਰਸ਼ ਜਿਹੜਾ ਸਕੋਰ 300 ਪਲੱਸ ਲਾ ਕੇ ਚੱਲੀਏ ਜਾਂ ਫਿਰ 325? ਦੇਖੋ ਜੀ, ਵਿਕਟ ਹੁਣ ਇਸ ਵੇਲੇ
ਕਿਸ ਕਿਸ ਕਿਸਮ ਦਾ ਖੇਲੇਗਾ, ਲੇਕਿਨ ਇੰਡੀਆ ਦੀ ਜਿਹੜੀ ਇਸ ਵੇਲੇ ਫਾਰਮ ਚੱਲ ਰਹੀ ਹੈ ਔਰ ਸਟਰੈਂਥ ਚੱਲ ਰਹੀ ਹੈ, ਉਹਦੇ ਵਿੱਚ ਮੈਨੂੰ 300+ ਦਾ ਸਕੋਰ ਦਿਖਦਾ ਹੈਗਾ। ਔਰ ਬਾਕੀ ਜਿੱਥੋਂ ਤੱਕ ਸਵਿੰਗ ਦਾ ਤਾਲਕ ਹੈ, ਸਾਨੂੰ ਅੱਗੇ ਥੋੜ੍ਹਾ ਜਿਹਾ ਫਿਕਰ ਹੁੰਦਾ ਸੀ ਜਦੋਂ ਹਿੰਦੁਸਤਾਨ ਦੀ ਟੀਮ ਇੰਗਲੈਂਡ ਜਾਂਦੀ ਹੁੰਦੀ ਸੀ ਕਿ ਉਹਨਾਂ ਦੇ ਜਿਹੜੇ ਗੇਂਦਬਾਜ਼ ਨੇ ਸਾਡੇ 'ਤੇ ਹਾਵੀ ਹੁੰਦੇ ਨੇ, ਲੇਕਿਨ ਹੁਣ ਸਾਡੀ ਜਿਹੜੀ ਸਪੀਡ ਦੀ ਟਿਕੜੀ ਹੈ ਉਹ ਇੰਨੀ ਤਗੜੀ ਹੈ ਕਿ ਉਹਨੂੰ ਦੇਖ ਕੇ ਉਹ ਖੁਦ ਹੀ ਬੜੇ ਪਰੇਸ਼ਾਨ ਹੋ ਰਹੇ ਨੇ ਸਾਰੇ ਮੁਲਕ, ਚਾਹੇ ਆਸਟ੍ਰੇਲੀਆ ਹੈ, ਚਾਹੇ ਇੰਗਲੈਂਡ ਹੈ, ਚਾਹੇ ਨਿਊਜ਼ੀਲੈਂਡ ਹੈ, ਸਭ ਨੇ ਉਹਨਾਂ ਨੂੰ ਦੇਖ ਲਿਆ। ਪਾਕਿਸਤਾਨ ਨੇ ਵੀ ਖਾਸ ਤੌਰ 'ਤੇ ਉਹਦਾ ਟੇਸਟ ਕਰ ਲਿਆ। ਕਿਹੜਾ ਖਿਡਾਰੀ ਤੁਹਾਨੂੰ ਲੱਗਦਾ ਇੰਗਲੈਂਡ 'ਚੋਂ ਜਾਂ ਫਿਰ ਭਾਰਤ 'ਚੋਂ ਅੱਜ ਚਮਕ ਸਕਦਾ ਸਰ? ਇੰਗਲੈਂਡ ਦੇਖੋ ਜੀ, ਭਾਰਤ 'ਚੋਂ ਖਿਲਾੜੀ ਤਾਂ ਦੇਖੋ ਜੀ ਮੇਰੇ ਸਾਹਮਣੇ ਜਿਹੜਾ ਹਰ ਵਕਤ ਚਮਕ ਰਿਹਾ ਤੁਹਾਡਾ ਆਪਣਾ ਕਪਤਾਨ ਹੈਗਾ, ਜਿਹੜਾ ਕਿ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਹਾਲੇ ਤੱਕ ਉਹਨੇ ਮਾਰ ਨਹੀਂ ਖਾਧੀ, ਔਰ ਉਹ ਕਿਉਂਕਿ ਉਹ ਇੰਨਾ ਹੁਣ ਸੁਲਝਿਆ ਹੋ ਗਿਆ, ਕਿਉਂਕਿ ਮੈਂ ਉਹਨੂੰ ਖੁਦ ਜ਼ਾਤੀ ਤੌਰ 'ਤੇ ਦੇਖਿਆ, ਅੱਜ ਤੋਂ 10 ਸਾਲ ਪਹਿਲੇ ਵੀ ਖੇਲਦਿਆਂ ਖੁਦ ਕਲੋਜ਼ ਕੁਆਟਰ ਤੋਂ ਦੇ ਨਾਲ ਬੈਠ ਕੇ, ਲੇਕਿਨ ਇਸ ਵੇਲੇ ਉਹ ਇੰਨਾ ਸੁਲਝਿਆ ਹੋ ਚੁੱਕਿਆ ਕਿ ਉਹਦੇ ਫੇਲਰ ਦੇ ਚਾਂਸਿਸ ਬਹੁਤ ਹੀ ਘੱਟ ਨੇ। ਬਾਕੀ ਬੰਦੇ ਠੀਕ ਨੇ ਸਾਡੇ, ਸਾਰੇ ਅੱਛੇ ਨੇ, ਅਪ ਐਂਡ ਡਾਊਨ। ਸੁਸ਼ੀਲ ਸਾਹਿਬ, ਜਿਵੇਂ ਆਪਣਾ ਮਿਡਲ ਆਰਡਰ ਦੀ ਆਪਾਂ ਗੱਲ ਕਰ ਰਹੇ ਸੀ, ਕਾਫੀ ਵੀਕ ਹੈ, ਤੁਹਾਨੂੰ ਲੱਗਦਾ ਜੇ ਧੋਨੀ ਨੰਬਰ 4 ਤੇ ਖੇਡਣ ਤਾਂ ਜ਼ਿਆਦਾ ਫਾਇਦਾ ਹੋ ਸਕਦਾ ਹੈ ਟੀਮ ਇੰਡੀਆ ਨੂੰ? ਨਹੀਂ, ਧੋਨੀ ਨੂੰ ਮੇਰੇ ਹਿਸਾਬ ਨਾਲ ਨਹੀਂ ਖੇਡਣਾ ਨਹੀਂ ਚਾਹੀਦਾ ਜਿੱਥੇ ਧੋਨੀ ਖੇਲ ਰਿਹਾ, ਬਿਕੋਜ਼ ਅਸੀਂ ਇੱਕਦਮ ਨਾ ਬੜੇ ਭਾਵੁਕ ਹੋ ਜਾਂਦੇ ਹਾਂ ਕਿ ਫਟਾਫਟ ਚੇਂਜਿਸ ਦੇ ਵਿੱਚ ਚੱਲ ਪੈਂਦੇ ਹਾਂ। ਮੈਂ ਕਹਿੰਦਾ ਕਿ ਜਿੱਥੇ ਉਹ ਲੱਗਿਆ ਹੈ ਉਹ ਵੀ ਮੁੱਢਲਾ ਸਾਨੂੰ ਬੜਾ ਸਟਰੋਂਗ ਚਾਹੀਦਾ, ਕਿਸੇ ਵੇਲੇ ਵੀ ਟੀਮ ਦਾ ਕਿਸੇ ਡਿਪ ਹੋ ਸਕਦੀ ਹੈ। ਸਵਾਲ ਇਸ ਕਰਕੇ ਸੀ ਕਿਉਂਕਿ ਧੋਨੀ ਦਾ ਜਿਹੜਾ ਨੈਚੁਰਲ ਗੇਮ ਹੈ ਉਹ ਕਾਫੀ ਜ਼ਿਆਦਾ ਸਲੋ ਹੈ, ਤੇ ਫਿਰ ਉਸ ਤੋਂ ਬਾਅਦ ਤੁਸੀਂ ਵੇਖਿਆ ਹੋਣਾ ਲਾਸਟ ਦੇ ਜਿਹੜੇ ਓਵਰ ਰਹਿੰਦੇ ਨੇ ਉਹਨਾਂ 'ਚੋਂ ਕਾਫੀ ਲੰਬੇ ਹਿੱਟ ਮਾਰ ਸਕਦੇ ਨੇ। ਇਸੇ ਕਰਕੇ ਸਮਝਿਆ ਜਾ ਰਿਹਾ ਕਿ ਨੰਬਰ 4 ਤੇ ਜੇ ਖੇਡਣ ਤਾਂ 10-15 ਓਵਰ ਜੇ ਉਹ ਖੇਡ ਲੈਣ ਤਾਂ 325+ ਵੀ ਹੋ ਸਕਦਾ। ਤੁਸੀਂ ਮੇਰਾ ਅਗਰ ਤੁਸੀਂ ਸਾਰਿਆਂ ਨੇ ਵਰਲਡ ਕੱਪ ਤੋਂ ਇਲਾਵਾ ਵੀ ਧੋਨੀ ਦੀ ਗੇਮ ਦੇਖੀ ਹੋਏਗੀ, ਇੰਨੇ ਮੈਚ ਉਹ ਖੇਲ ਚੁੱਕੇ ਨੇ, 2011 ਦਾ ਵਰਲਡ ਕੱਪ ਵੀ ਜਾ ਚੁੱਕੇ ਨੇ, ਕਦੀ ਉਹ ਨੰਬਰ 4 ਤੇ ਜਾ ਕੇ ਨਹੀਂ ਜਿਤਾਇਆ, ਉਹਨਾਂ ਨੇ ਉਹੀ ਜਿਹੜਾ ਆਪਣਾ 6 ਦਾ ਜਿੱਥੇ ਜਾ ਕੇ ਖੇਲਦੇ 6-7 ਤੇ ਉੱਥੇ ਹੀ ਜਾ ਕੇ ਉਹਨਾਂ ਨੇ ਲੰਬੀ ਉਹ ਜਿਹੜੇ ਫਿਨਿਸ਼ਰ ਉਹ ਹੀ ਹੈਜ਼ ਬੀਨ ਏ ਸਲੋ ਸਟਾਰਟਰ, ਸਾਰੀ ਉਮਰ ਹੀ ਉਹ ਸਲੋ ਸਟਾਰਟਰ ਰਹੇ ਨੇ, ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਉਹ ਕਰ ਲਿਆ। ਅਗਰ ਪਹਿਲੇ ਉਹਨਾਂ ਨੇ 10 ਬਾਲਾਂ 'ਚ ਤੁਹਾਨੂੰ 8 ਰਨਾਂ ਦਿੱਤੀਆਂ, ਅਗਲੇ 10 ਬਾਲਾਂ 'ਚ ਉਹਨਾਂ ਨੇ 30 ਰਨਾਂ ਕਰ ਦਿੱਤੀਆਂ, ਤੇ ਇਹ ਨਜ਼ਰੀਆ ਤੁਹਾਨੂੰ ਦਿਮਾਗ 'ਚ ਰੱਖਣਾ ਚਾਹੀਦਾ। ਸੁਸ਼ੀਲ ਕੁਮਾਰ, ਸੁਸ਼ੀਲ ਸਰ, ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਟੀਮ ਇੰਡੀਆ ਜਿਹੜੀ ਹੈਗੀ ਹੈ ਔਰੇਂਜ ਡਰੈਸ 'ਚ ਖੇਡੇਗੀ, ਮੈਨੂੰ ਇਹ ਚੀਜ਼ ਸਮਝਾਓ ਜ਼ਰਾ ਕਿ ਇਹ ICC ਨੇ ਜਿਹੜਾ ਇਹ ਨਿਯਮ ਲਾਗੂ ਕੀਤਾ ਹੈ ਇਹ ਕਿਸ ਵੱਲੋਂ ਕੀਤਾ ਹੈ? ਕਿਆ ਡਰੈਸ ਮੈਚ ਹੋ ਰਹੀ ਸੀ ਇਸ ਕਰਕੇ ਸੋਚਿਆ ਉਹਨਾਂ ਨੇ ਕਿ ਠੀਕ ਹੈ ਟੀਮ ਇੰਡੀਆ ਜਿਹੜੀ ਹੈ ਮੈਨ ਬਲੂ ਟੀਮ ਹੈ ਇਹਨੂੰ ਥੋੜ੍ਹਾ ਔਰੇਂਜ ਫਲੇਵਰ 'ਚ ਲਿਆਇਆ ਜਾਵੇ? ਇਸ ਵਾਸਤੇ ਨਹੀਂ ਜੀ, ਜਦੋਂ ਇਹ ਟੂਰਨਾਮੈਂਟ ਸ਼ੁਰੂ ਹੋਣਾ ਸੀ ਉਸ ਤੋਂ ਪਹਿਲੇ ਹੀ ਉਹਨਾਂ ਨੇ ਹਰ ਇੱਕ ਟੀਮ ਵਾਸਤੇ 2 ਡਰੈਸਿਸ ਕਰਤੇ ਸੀ, ਇੰਗਲੈਂਡ ਨੂੰ ਛੱਡ ਕੇ। ਇੰਗਲੈਂਡ ਕੋਲ ਬਲੂ ਡਰੈਸ ਸੀਗੀ ਔਰ ਇੰਡੀਆ ਔਰ ਇੰਗਲੈਂਡ ਦੀ ਡਰੈਸ ਕਿਉਂਕਿ ਕਲੈਸ਼ ਕਰਦੀ ਸੀ, ਇਸ ਵਜ੍ਹਾ ਕਰਕੇ ਹਿੰਦੁਸਤਾਨ ਨੂੰ ਔਰੇਂਜ ਡਰੈਸ ਦਿੱਤੀ ਗਈ ਹੈ। ਔਰ ਤੁਹਾਨੂੰ ਪਤਾ ਹੀ ਹੈ ਕਿ ਹਿੰਦੁਸਤਾਨ 'ਚ ਭਗਵਾ ਰੰਗ ਜਿਹੜਾ ਹੈਗਾ ਕਾਫੀ ਉਹਨੂੰ ਮਤਾ ਦਿੱਤੀ ਜਾਂਦੀ ਹੈ ਧਾਰਮਿਕ ਤੌਰ 'ਤੇ ਵੀ। ਬਿਲਕੁਲ, ਇਨਫੈਕਟ ਮੈਂ ਤੁਹਾਡੇ ਤੋਂ ਪੁੱਛਣਾ ਹੀ ਚਾਹ ਰਿਹਾ ਸੀ ਜਿਹੜੀ ਸਿਆਸਤ ਇਸ 'ਤੇ ਹੋ ਰਹੀ ਹੈ ਹੁਣ ਭਗਵਾ ਰੰਗ ਨੂੰ ਲੈ ਕੇ, ਖੇਡ ਤਾਂ ਅਲੱਗ ਹੈ ਸਰ। ਨਹੀਂ
ਵੈਸੇ ਵੀ ਮੈਂ ਤੈਨੂੰ ਸ਼ੁਭ ਮੰਨ ਕੇ ਚੱਲਾਂਗਾ, ਕਿਸੇ ਧਾਰਮਿਕ ਭਾਵਨਾ ਨਾਲ ਨਹੀਂ, ਵੈਸੇ ਵੀ ਸ਼ੁਭ ਹੀ ਹੈ। ਠੀਕ ਹੈ ਸਰ, ਧੰਨਵਾਦ। ਸੁਸ਼ੀਲ ਕਪੂਰ ਸਾਹਿਬ ਸਾਡੇ ਕ੍ਰਿਕਟ ਮਾਹਰ ਆਪਣੀ ਗੱਲ ਰੱਖਦੇ ਨਜ਼ਰ ਆ ਰਹੇ ਸੀ, ਅਤੇ ਸਾਫ਼ ਤੌਰ 'ਤੇ ਟੀਮ ਮੈਰਨ ਬਲੂ ਟੀਮ ਇੰਡੀਆ ਦੀ ਗੱਲ ਕਰੀਏ ਤਾਂ ਪੂਰੀ ਪਰਫੋਰਮੈਂਸ 'ਚ ਹੈ, ਪਰ ਦਿੱਕਤ ਹੈ ਮਿਡਲ ਆਰਡਰ 'ਚ। ਹੁਣ ਵੇਖਣਾ ਹੋਵੇਗਾ ਕਿਆ ਦਿਨੇਸ਼ ਕਾਰਤਿਕ ਨੂੰ ਮੌਕਾ ਦਿੱਤਾ ਜਾ ਸਕਦਾ ਜਾਂ ਫਿਰ ਕਿਸੇ ਹੋਰ ਨੂੰ।